यार मैं चैनल चैनल तो लाउणी ते बाकी ना तेरे घर मार देना। अच्छा जी गल है कि कुछ गल्ला पंजाबी च होण गियां अज दियां। एक एवें जी वीडियो तुसी कह लो, ऐ पिछे तीन जिहड़े बैठे ना, ऐ तिन्ने सौदिया सी, ऐ भी सौदिया सी, मैं भी सौदिया सी, असी इक्को ही कंपनी च सी, अज इकट्ठे होए आ। अच्छा वैसे हुण असी सौदिया ही आ, छुट्टी आए आ। तां भी छुट्टी आए, चलो लेकिन गल आ कि असी ना आ ते कह लो तुसी फौतगी। अच्छा जनाजे भी आउंदे तो आ रहे हैं, जिहड़ा साडा मालक सी कंपनी दा ओह ही मर गया चवारा, साडा कफील अल्लाह उन्हें जन्नत नसीब करे, आज पहुंचे ना जनाजे तो वापस आ रहे हैं। लेकिन अब वापसी एक गल हो भी उतों की। अच्छा मैं क्या भी चलो गल नाल वीडियो को बना लेने, वीडियो तुहाडे नाल शेयर कर दें, चल माजू गल सुना यार। गल मेरे सादे मोहतरम ने पैप ने नहीं पैप पैप वाली सुनानी है, पैप तू खिच के जा रहे ब्रांच का, पैप खिच के जा रहा है। तू फिर पिछे की लैन आया, मैं सर जी जेडे अगे दो इंडिजनेट ते लगे ना ओ भी वापस आ रहे, तुहाडी आवाज सुन पिछे बस साहब नु की हो गया। अपने प्रदेशियों के काम थोड़े इस तरह ही होंगे ना, साध बासी साहब शुगल मजाक च। अच्छा गल है कि प्रदेशियों के काम को इस तरह, खासकर जिसे पाकिस्तानी मिल जाए आपस में ही, फोरमैन पाकिस्तानी हो, मजदूर लेबर ऑपरेटर सारे पाकिस्तानी हो, तो फिर उत्थे इस तरह के शुगर मेले चलते ही रहेंगे। ਪਾਣੀ ਪੀਣ ਗਿਆ ਸੀ, ਕੂਲਰ ਕਿੱਲਾ ਪੰਦ ਪਰਾ ਪਿਆ ਸੀ, ਉਥੋਂ ਟ੍ਰੇਨ ਚ ਤੋਂ ਲੰਘਿਆ ਤੇ ਮੈਂ ਗਿਆ ਕੋਈ ਚੱਕੀ ਦੀ ਠੀਕ ਆਈ ਆਤ ਭਾਈ ਦੀ, ਮੈਂ ਕਿਹਾ ਦਾਖਲ ਥੱਲੇ ਪੈਰ ਆਇਆ ਭਾਈ ਬੜਾ ਪਤਾ ਲੱਗਿਆ ਜਦੋਂ ਮੈਂ ਟ੍ਰੈਂਚ ਤੋਂ ਲੰਘਿਆ ਨਾ ਕਿੱਲਾ ਪੰਦ ਪਿੱਛਾ 50 ਮੀਟਰ ਤੇ ਉਹ ਉਦੋਂ ਪਾਣੀ ਉੱਥੋਂ ਲੰਘ ਰਿਹਾ ਸੀ, ਮੈਂ ਕਿਹਾ ਅੱਛਾ ਭਾਈ ਹੋਰਾਂ ਨੇ ਆਹ ਕੰਮ। ਅੱਛਾ ਉਹ ਪੈਪ ਨਾਲ ਜੁੜੇ ਨਾ, ਉਹ ਨਾ ਜ਼ਮੀਨ ਚੋਂ ਨਿਕਲੇ ਅਸਥਾਨ ਉੱਤੇ ਉੱਪਰ ਨਾ ਹੁੰਦੇ ਨਾ ਕੱਪ ਲਾ ਕੇ ਗੱਡੀ ਖੜੀ ਕੱਪ ਲਾ ਕੇ ਬੰਦ ਕੀਤਾ ਸੀ। ਅੱਛਾ ਹੋਇਆ ਕੀ ਕਿ ਉਹ ਪੈਪ ਜੁੜੇ ਨਾ ਤਾਂ ਸਾਨੂੰ ਨਾ ਰਾਤ ਉੱਥੇ 10-11 ਵੱਜ ਗਿਆ ਸੀ, ਸਾਰੇ ਉੱਥੇ ਸੀ, ਐਂ ਨਾ ਉਦੋਂ ਨਵੇਂ ਨਵੇਂ ਗਿਆ ਸੀ ਮੈਂ ਤਾਂ ਥੋੜ੍ਹਾ ਪੁਰਾਣਾ ਸੀ, ਅਤੇ ਐ ਨਵੇਂ ਨਵੇਂ ਗਿਆ ਸੀ ਭਾਈ ਤੂੰ ਲੰਘ ਜਾ, ਅਤੇ ਗੱਲ ਕਰਨੀ ਕਿ ਰਾਤ 10-11 ਵੱਜ ਗਿਆ ਅਤੇ ਮੈਂ ਨਾ ਪੈਪਾਂ ਦੇ ਲੂਫੇ ਨਹੀਂ ਹੁੰਦੇ ਅਤੇ ਮੈਂ ਨਾ ਉਹਨਾਂ 'ਚ ਵੜ ਕੇ ਲੰਮਾ ਪਿਆ ਹੁਣ, ਅਤੇ ਇਹ ਨਾ ਲੱਗੇ ਉਹ ਉਸਤਾਦ ਹੁਣ ਅਬਾਸੀ ਜਿਹੜਾ ਫੋਰਮੈਨ ਸੀ ਉਹ ਹੁਣ ਲੱਗਾ ਪੈਪ ਜੋੜਨ, ਪੈਪ ਹੁਣ ਜੁੜੇ ਨਾ, ਉਹਨੇ ਕਿਹਾ ਕੋਈ ਡੰਡਾ ਲਿਆਓ, ਯਾਨੀ ਕਿ ਕੋਈ ਡੰਡਾ ਲਿਆਓ ਕੱਟ ਕੇ ਨਾ ਪੈਪ ਜਿੱਡਾ ਪੈਪ ਦੇ ਵਿੱਚ ਦੇ ਦਈਏ ਤੱਕ ਪਾਣੀ ਨਾ ਫੁੱਲ ਜਾਏਗਾ ਤਾਂ ਸਵੇਰੇ ਆ ਕੇ ਨਹੀਂ ਜੋੜ ਲਵਾਂਗੇ, ਉਹਨੇ ਕਿਹਾ ਕੋਈ ਡੰਡਾ ਲਿਆਓ। ਇੱਕ ਬੰਦਾ ਸੀ ਮਾਝ, ਤੂੰ ਅੱਗੇ ਦੱਸ ਯਾਰ। ਉਹ ਨਾ ਸਾਡੇ ਇੱਥੇ 18 ਚੱਕ ਹੈਗਾ, ਉੱਥੋਂ ਦਾ ਬੰਦਾ ਸੀ ਤੇ ਉਹ ਥੋੜਾ ਜਿਹਾ ਸਿੱਧਾ ਜਿਹਾ ਸੀ, ਉਹਨੂੰ ਕਹਿੰਦੇ ਡੰਡਾ ਲਿਆ, ਦੱਸ ਉਹਦਾ ਨਾਮ, ਉਹਦਾ ਨਾਂ ਤੋਤੀ, ਸਿੱਧੇ ਨਾਂ ਦਾ ਸਾਨੂੰ ਵੀ ਨਹੀਂ ਪਤਾ, ਉਹਦਾ ਨਾਂ ਤੋਤੀ ਤੋਤੀ ਅਸੀਂ ਰੱਖਿਆ ਸਾਊਦੀ ਅਰਬ ਦਾ ਨਾਂ, ਤੇ ਉਹ ਨਾ ਦਰਖਤ ਤੇ ਜਾਣ ਗਿਆ। ਸਾਦ ਬਾਸੀ ਮੇਰੇ ਨਾ ਮੈਨੂੰ ਕਹਿੰਦਾ ਯਾਰ ਤੇਰੀ ਦਾੜੀ ਨੂੰ ਹੱਥ ਲਾਉਣ ਨਾ ਕਦਾ ਦਾ ਨਾ, ਇਹਨੂੰ ਤਾਂ ਦਰਖਤ ਤੋਂ ਨਾ, ਉਹਨੇ ਕਿ ਡੰਡਾ ਲਿਆ ਵੀ, ਯਾਨੀ ਕਿ ਕਿਸੇ ਬੁਰਸ਼ ਦਾ ਲਾਏ ਹੋ ਕੱਢ ਕੇ, ਕਿਸੇ ਗਿਣਤੀ ਦਾ ਕੱਢ ਕੇ ਲਾਏ ਹੋ, ਬੇਲਚੇ ਦਾ ਕੱਢ ਕੇ ਲਾਏ ਹੋ, ਉਹ ਜਵਾਨ ਕੋਲ ਛਣੀ ਸੀ ਕਿ ਕਿੱਕਰ ਸੀ ਉਹਦੇ 'ਤੇ ਚੜ ਗਿਆ ਉੱਤੋਂ ਡੰਡਾ ਵੱਢਣ, ਉਹਨੇ ਕਿਹਾ ਥੱਲੇ ਉੱਤਰ ਤੇਰੀ ਪੈ ਸਾਰਿਆਂ ਨੂੰ ਫੜਾਏਗਾ ਤੂੰ। ਸਾਡਾ ਫੋਰਮੈਨ ਸੀ ਉਹ ਨਾਲੇ ਪੱਕੀ ਦੇ ਪੈਰ ਮਾਰੇ, ਨਾਲੇ ਕਹੇ ਕਦਾ ਦਾ ਟਾਈਮ ਬਾਜੂ ਇਹਨੂੰ ਲਾ ਯਾਰ। ਅੱਛਾ ਆਹ ਨਾ ਅਸੀਂ ਹੁਣ ਗੱਡੀ 'ਚ ਹਾਂ ਅਤੇ ਇਕੱਠੇ ਹੁੰਦੇ ਸੋਦੇ ਜਿਵੇਂ ਤੁਹਾਨੂੰ ਦੱਸਿਆ, ਤਾਂ ਅੱਜ ਵਾਪਸ ਜਾ ਰਹੇ ਗੱਲਾਂ ਤਾਂ ਕਾਫੀ ਹੋ ਰਹੀਆਂ ਸੀ ਅਤੇ ਦੋ ਕੁ ਗੱਲਾਂ ਮੈਨੂੰ ਨਾ ਇੰਟਰਸਟਿੰਗ ਲੱਗੀਆਂ ਅਤੇ ਮੈਂ ਕਿਹਾ ਚਲੋ ਇੱਕ ਵੀਡੀਓ ਬਣਾ ਲਵਾਂ ਨਾਲ ਪ੍ਰਦੇਸੀਆਂ ਲਈ। ਚਲੋ ਪਾਕਿਸਤਾਨ ਵੈਸੇ ਐਸਾ ਹੱਲਾ ਗੁੱਲਾ ਹੋ ਜਾਂਦਾ, ਸੌਦੀਆਂ ਵੀ ਹੋ ਜਾਂਦਾ ਯਾਰ, ਜੇ ਬੰਦਾ ਇਕੱਠੇ ਗਰਾਂ ਹੀ ਬੈਠੇ ਹੋਣ, ਇੱਕ ਯਾਨੀ ਇੱਕ ਹੀ ਇਲਾਕੇ ਦੇ ਹੋਣ ਜਾਂ ਇੱਕ ਪਿੰਡ ਦੇ ਹੋਣ, ਤਾਂ ਸ਼ੁਗਰ ਮੇਲੇ ਤਾਂ ਉੱਥੇ ਵੀ ਚੱਲਦੇ ਰਹਿੰਦੇ ਨੇ।